ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਚੁਟਕੀ ਵਿੱਚ ਦੂਰ ਕਰਨ ਵਾਲੇ ਹਾਂ। ਹਾਂਜੀ, ਕਿਉਂਕਿ ਦੇਖੋ ਉਪਾਅ ਤੁਸੀਂ ਬਹੁਤ ਸਾਰੇ ਕੀਤੇ ਹਨ, ਕਈ ਲੋਕਾਂ ਨੂੰ ਉਹਨਾਂ ਦਾ ਰਿਜ਼ਲਟ ਵੀ ਮਿਲ ਰਿਹਾ ਹੈ, ਪੋਜ਼ਿਟਿਵ ਰਿਜ਼ਲਟ ਆ ਰਿਹਾ ਹੈ, ਪਰ ਕਈਆਂ ਨੂੰ ਨਹੀਂ ਵੀ ਮਿਲ ਰਿਹਾ ਹੈ। ਤਾਂ ਇਸ ਕਰਕੇ ਹੋ ਸਕਦਾ ਹੈ ਕਿ ਤੁਹਾਡੇ ਘਰ ਦਾ ਵਾਸਤੂ ਖਰਾਬ ਹੋਵੇ, ਕਿਉਂਕਿ ਵਾਸਤੂ ਦੋਸ਼ ਦੇ ਕਾਰਨ ਵੀ ਸਾਡੀ ਕਈ ਐਸੀਆਂ ਪਰੇਸ਼ਾਨੀਆਂ ਹਨ ਜੋ ਕਿ ਦੂਰ ਨਹੀਂ ਹੁੰਦੀਆਂ। ਕਈ ਵਾਰ ਸਾਡੇ ਗ੍ਰਹਿ ਖਰਾਬ ਹੁੰਦੇ ਹਨ, ਮਲਟੀਪਲ ਰੀਜ਼ਨ ਹੋ ਸਕਦੇ ਹਨ। ਅਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਘਰ ਦਾ ਵਾਸਤੂ ਦੋਸ਼ ਜੇ ਹੈ ਤਾਂ ਉਸ ਨੂੰ ਠੀਕ ਕਰਨ ਦੇ ਲਈ। ਘਬਰਾਉਣਾ ਬਿਲਕੁਲ ਨਹੀਂ ਹੈ, ਵਾਸਤੂ ਦੋਸ਼ ਅਸੀਂ ਕੋਈ ਤੋੜ ਫੋੜ ਤੁਹਾਡੇ ਮਕਾਨ ਦੀ ਨਹੀਂ ਕਰਵਾਉਣ ਵਾਲੇ ਹਾਂ। ਸਭ ਤੋਂ ਪਹਿਲੇ ਤਾਂ ਅਸੀਂ ਤੁਹਾਨੂੰ ਦੇਵਾਂਗੇ ਜਾਣਕਾਰੀ ਕਿ ਤੁਹਾਡੇ ਘਰ ਦੇ ਸਭ ਤੋਂ ਜੋ ਮੇਨ ਜੋ ਵਾਸਤੂ ਦੋਸ਼ ਦਾ ਰੀਜ਼ਨ ਜੋ ਸਾਡੇ ਘਰ ਵਿੱਚ ਪਰੇਸ਼ਾਨੀਆਂ ਤਾਂ ਹੁੰਦਾ ਹੈ ਨਾ, ਕਿ ਸਾਡੇ ਘਰ ਵਿੱਚ ਆਪਸ ਵਿੱਚ ਲੜਾਈ ਝਗੜੇ ਹੋ ਰਹੇ ਹਨ, ਹੈ ਨਾ, ਪਤੀ ਪਤਨੀ ਵੀ ਨਹੀਂ ਬਣ ਰਹੀ ਹੈ, ਨੂੰਹ ਸੱਸ ਵੀ ਨਹੀਂ ਬਣ ਰਹੀ ਹੈ, ਭਰਾ ਭਰਾ ਵੀ ਨਹੀਂ ਬਣ ਰਹੀ ਹੈ, ਮਤਲਬ ਮੈਂਟਲ ਪੀਸ ਹੀ ਨਹੀਂ ਹੈ, ਘਰ ਵਿੱਚ ਲੜਾਈ ਝਗੜਾ ਕਲੇਸ਼ ਹੋ ਰਿਹਾ ਹੈ, ਅਤੇ ਉਹ ਰਿਲੇਸ਼ਨਸ਼ਿਪ ਵਿੱਚ ਵੀ ਇਸ਼ੂਜ਼ ਆਉਂਦੇ ਹਨ। ਅਤੇ ਉਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਟਾਇਲਟ ਜਿਹੜੀ ਹੁੰਦੀ ਹੈ, ਵਾਸ਼ਰੂਮ ਜਿਹੜਾ ਹੁੰਦਾ ਹੈ, ਉਹ ਸਹੀ ਜਗ੍ਹਾ 'ਤੇ ਨਾ ਹੋਣਾ, ਪਲੱਸ ਕਿਚਨ ਸਹੀ ਜਗ੍ਹਾ 'ਤੇ ਨਾ ਹੋਣਾ, ਰਸੋਈ ਸਹੀ ਜਗ੍ਹਾ 'ਤੇ ਨਾ ਹੋਣਾ। ਤੇ ਇਸ ਕਰਕੇ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਹੜੀ ਚੀਜ਼ ਕਿਹੜੀ ਜਗ੍ਹਾ ਤੇ ਹੋਣੀ ਚਾਹੀਦੀ ਹੈ। ਰਸੋਈ ਹੋ ਗਈ, ਟਾਇਲਟ ਹੋ ਗਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜੋ ਸਾਡੇ ਘਰ ਦਾ ਵਾਸਤੂ ਖਰਾਬ ਕਰਦੀਆਂ ਹਨ। ਉਹ ਜਾਣ ਕੇ ਫਿਰ ਅਸੀਂ ਤੁਹਾਨੂੰ ਉਪਾਅ ਵੀ ਦੱਸਾਂਗੇ, ਔਰ ਇੰਨੇ ਸਸਤੇ ਉਪਾਅ ਜੋ ਕਿ ਤੁਹਾਡਾ ਬਿਲਕੁਲ ਵੀ ਜਿਸ ਦੇ ਵਿੱਚ ਖਰਚਾ ਨਹੀਂ ਆਏਗਾ, ਉਹ ਉਪਾਅ ਕਰਕੇ ਤੁਸੀਂ ਇੱਕ ਤਾਂ ਸਭ ਤੋਂ ਪਹਿਲੇ ਆਪਣੇ ਘਰ ਦਾ ਵਾਸਤੂ ਦੋਸ਼ ਖਤਮ ਕਰ ਲਓਗੇ। ਵਾਸਤੂ ਦੋਸ਼ ਖਤਮ ਹੋਏਗਾ ਤਾਂ ਤੁਹਾਡਾ ਘਰ ਜੋ ਨਰਕ ਬਣਿਆ ਪਿਆ ਹੈ ਸਵਰਗ ਬਣ ਜਾਏਗਾ, ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ, ਘਰ ਵਿੱਚ ਸੁੱਖ ਸਮਰਿੱਧੀ ਆਏਗੀ। ਇਸ ਕਰਕੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ 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 ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ। ਜਿਨ੍ਹਾਂ ਨੂੰ ਆਪਣੇ ਘਰ ਦਾ ਵਾਸਤੂ ਦੋਸ਼ ਠੀਕ ਕਰਨਾ ਹੈ ਤਾਂ ਇਹ ਪੂਰੀ ਫੁੱਲ ਵੀਡੀਓ ਤੁਸੀਂ ਇੱਕ ਇੱਕ ਵਰਡ ਮੇਰਾ ਸੁਣਨਾ ਹੈ, ਇੱਕ ਇੱਕ ਸੈਂਟੈਂਸ ਸੁਣਨਾ ਹੈ ਕਿ ਮੈਂ ਦੱਸ ਰਹੀ ਹਾਂ, ਅਤੇ ਉਸ ਦੇ ਅਨੁਸਾਰ ਤੁਸੀਂ ਉਪਾਅ ਵੀ ਕਰਨੇ ਹਨ। ਅਤੇ ਚਲੋ ਜੀ, ਹੁਣ ਬਿਨਾਂ ਟਾਈਮ ਵੇਸਟ ਕੀਤੇ ਜਲਦੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ। ਉਸ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ, ਜੇ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ। ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਬਸਕ੍ਰਾਈਬ ਦੇ ਬਟਨ ਦੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ, ਉਸ ਦੇ ਨਾਲ ਮੇਰੀਆਂ ਹਰ ਵੀਡੀਓਜ਼ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਹਨ। ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਵਿੱਚ ਹਾਜ਼ਰੀ ਜ਼ਰੂਰ 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 ਦੇ ਕੇ ਜਾਇਆ ਕਰੋ ਜੀ। ਅਤੇ ਸਭ ਤੋਂ ਪਹਿਲੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਜੋ ਮੇਨ ਰੀਜ਼ਨ ਹੁੰਦਾ ਹੈ ਸਾਡੇ ਘਰ ਵਿੱਚ ਇਸ਼ੂਜ਼ ਆਉਣਾ, ਪ੍ਰੋਬਲਮਸ ਆਉਣਾ, ਪਰੇਸ਼ਾਨੀਆਂ ਦਾ ਆਉਣਾ, ਦੁੱਖਾਂ ਦਾ ਆਉਣਾ, ਉਹ ਹੈ ਟਾਇਲਟ। ਸਾਡੇ ਘਰ ਦੀ ਟਾਇਲਟ ਕਿਸ ਦਿਸ਼ਾ ਵਿੱਚ ਹੈ? ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਾਂਗੀ ਕਿ ਐਸੀਆਂ ਤਿੰਨ ਜਗ੍ਹਾ ਹੈ, ਠੀਕ ਹੈ, ਤਿੰਨ ਜਗ੍ਹਾ ਹੈ ਜਿਹਦੇ ਵਿੱਚ ਟਾਇਲਟ ਬਣਾਉਣਾ ਅੱਛਾ ਹੈ, ਉਸ ਦੇ ਨਾਲ ਤੁਹਾਨੂੰ ਕੋਈ ਵੀ ਦੋਸ਼ ਨਹੀਂ ਲੱਗਦਾ ਹੈ, ਵਾਸਤੂ ਦੋਸ਼ ਨਹੀਂ ਲੱਗਦਾ ਹੈ। ਸਭ ਤੋਂ ਪਹਿਲਾਂ ਦੇਖੋ ਸਾਊਥ ਵੈਸਟ, ਦੇਖੋ ਸਾਊਥ ਤੇ ਸਾਊਥ ਵੈਸਟ, ਯਾਨੀ ਕਿ ਦੱਖਣ ਤੇ ਦੱਖਣ ਪੱਛਮ, ਇਸ ਜਗ੍ਹਾ ਤੇ ਸਭ ਤੋਂ ਪਹਿਲੇ ਟਾਇਲਟ ਜੇ ਹੈ ਤਾਂ ਇਸ ਦਿਸ਼ਾ ਵਿੱਚ ਤਾਂ ਅੱਛਾ ਹੈ। ਦੂਸਰੇ ਨੰਬਰ ਤੇ ਪੱਛਮ ਤੇ ਉੱਤਰ ਪੱਛਮ, ਮਤਲਬ ਵੈਸਟ ਆਫ ਨਾਰਥਨ ਵੈਸਟ, ਮੀਨਸ ਜੇਕਰ ਤੁਹਾਡੀ ਪੱਛਮ ਜਾਂ ਉੱਤਰ ਪੱਛਮ ਦੇ ਵਿੱਚ ਦੀ ਜਿਹੜੀ ਜਗ੍ਹਾ ਹੁੰਦੀ ਹੈ ਉੱਥੇ ਟਾਇਲਟ ਹੈ ਤਾਂ ਅੱਛਾ ਹੈ। ਤੀਸਰਾ ਈਸਟ, ਯਾਨੀ ਕਿ ਪੂਰਬ ਦਿਸ਼ਾ ਜਾਂ ਦੱਖਣ ਪੂਰਬ, ਸਾਊਥ ਈਸਟ, ਈਸਟ ਆਫ ਸਾਊਥਨ ਈਸਟ, ਮਤਲਬ ਪੂਰਬ ਦਿਸ਼ਾ ਜਾਂ ਦੱਖਣ ਪੂਰਬ ਦਿਸ਼ਾ ਦੇ ਵਿਚਕਾਰ ਦੀ ਜਗ੍ਹਾ ਦੇ ਵਿੱਚ ਜੇਕਰ ਤੁਹਾਡੀ ਟਾਇਲਟ ਹੈ ਤਾਂ ਬਹੁਤ ਅੱਛਾ ਹੁੰਦਾ ਹੈ, ਇਹਦੇ ਵਿੱਚ ਤੁਹਾਨੂੰ ਕੋਈ ਦੋਸ਼ ਨਹੀਂ ਲੱਗਦਾ ਹੈ। ਪਰ ਕਿੱਥੇ ਸਾਡੀ ਟਾਇਲਟ ਨਹੀਂ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਸਾਨੂੰ ਬੜੀਆਂ ਸਾਰੀਆਂ ਪ੍ਰੋਬਲਮਸ ਹੁੰਦੀਆਂ ਹਨ, ਉਹ ਹੈ ਇੱਕ ਤਾਂ ਸਭ ਤੋਂ ਪਹਿਲੇ ਨੰਬਰ ਤੇ ਹੈ ਨਾਰਥਨ ਈਸਟ, ਯਾਨੀ ਕਿ ਉੱਤਰ ਦਿਸ਼ਾ ਵਿੱਚ ਸਾਡੀ ਨਹੀਂ ਹੋਣੀ ਚਾਹੀਦੀ। ਨੰਬਰ 2 ਨਾਰਥਨ ਈਸਟ, ਠੀਕ ਹੈ, ਉੱਤਰ ਪੂਰਬੀ ਦਿਸ਼ਾ ਵਿੱਚ ਨਹੀਂ ਹੋਣੀ ਚਾਹੀਦੀ ਹੈ, ਸਾਊਥ ਈਸਟ ਵਿੱਚ ਨਹੀਂ ਹੋਣੀ ਚਾਹੀਦੀ ਹੈ, ਯਾਨੀ ਕਿ ਦੱਖਣ ਪੂਰਬ ਵਿੱਚ ਨਹੀਂ ਹੋਣੀ ਚਾਹੀਦੀ ਹੈ, ਜਾਂ ਫਿਰ ਸਾਊਥ ਵਿੱਚ ਵੀ ਨਹੀਂ ਹੋਣੀ ਚਾਹੀਦੀ ਹੈ,
ਤੇ ਲਾਸਟ ਵੈਸਟ ਦਿਸ਼ਾ ਵਿੱਚ ਯਾਨੀ ਕਿ ਪੱਛਮ ਦਿਸ਼ਾ ਵਿੱਚ ਵੀ ਟੋਇਲਟ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਤੁਸੀਂ ਕੀ ਕਰਨਾ ਹੈ, ਆਪਣੇ ਘਰ ਦਾ ਜੋ ਮੈਂ ਤੁਹਾਨੂੰ ਦੱਸਿਆ ਹੈ ਕਿ ਮੋਬਾਈਲ ਵਿੱਚ ਵੀ ਇੱਕ ਐਪ ਆਉਂਦੀ ਹੈ ਜਿਸ ਦੇ ਨਾਲ ਤੁਸੀਂ ਉਹ ਪਤਾ ਕਰ ਸਕਦੇ ਹੋ ਆਪਣੇ ਘਰ ਦੀ ਦਿਸ਼ਾ ਦਾ। ਠੀਕ ਹੈ, ਹੁਣ ਉਹ ਦਿਸ਼ਾ ਚੈੱਕ ਕਰ ਲਓ। ਹੁਣ ਮੈਂ ਤੁਹਾਨੂੰ ਇਸ ਦਾ ਉਪਾਅ ਦੱਸਦੀ ਹਾਂ। ਹੁਣ ਤੋੜ ਫੋੜ ਨਹੀਂ ਕਰਨੀ ਹੈ, ਹੁਣ ਜਿਨ੍ਹਾਂ ਦੀ ਟੋਇਲਟ ਸਮਝ ਲਓ ਨੌਰਥ ਦਿਸ਼ਾ ਵਿੱਚ ਹੈ, ਨੌਰਥ ਈਸਟ ਵਿੱਚ ਹੈ, ਦੱਖਣ ਪੂਰਬ ਵਿੱਚ ਹੈ, ਪੱਛਮ ਵਿੱਚ ਹੈ, ਤਾਂ ਕਰਨਾ ਕੀ ਹੈ, ਸਭ ਤੋਂ ਪਹਿਲੇ ਅੱਛੀ ਤਰ੍ਹਾਂ ਨੋਟ ਕਰ ਲਓ ਜਿਨ੍ਹਾਂ ਦੀ ਟੋਇਲਟ ਨੌਰਥਨ ਦਿਸ਼ਾ ਵਿੱਚ ਡਾਇਰੈਕਸ਼ਨ ਵਿੱਚ ਹੈ, ਉੱਤਰ ਦਿਸ਼ਾ ਵਿੱਚ ਹੈ, ਤਾਂ ਉਹਦਾ ਬੜਾ ਹੀ ਸਿੰਪਲ ਜਿਹਾ ਉਪਾਅ ਹੈ। ਤੁਸੀਂ ਕੀ ਕਰਨਾ ਹੈ, ਜਿੱਥੇ ਤੁਹਾਡੀ ਟੋਇਲਟ ਦੀ ਸੀਟ ਹੈ, ਠੀਕ ਹੈ, ਉਸ ਦੇ ਆਸ ਪਾਸ ਇੱਕ ਟੇਪ ਲਗਾ ਦੇਣੀ ਹੈ। ਹਾਂਜੀ, ਬਹੁਤ ਹੀ ਆਸਾਨ ਉਪਾਅ ਹੈ, ਤੁਹਾਡਾ ਬਿਲਕੁਲ ਹੀ ਘਰ ਦਾ ਜਿਹੜਾ ਵਾਸਤੂ ਦੋਸ਼ ਹੈ ਨਾ ਉਹ ਖਤਮ ਹੋ ਜਾਏਗਾ। ਜਿਨ੍ਹਾਂ ਦੀ, ਹੁਣ ਮੈਂ ਦੱਸ ਰਹੀ ਹਾਂ, ਧਿਆਨ ਨਾਲ ਨੋਟ ਕਰ ਲੈਣਾ, ਗਲਤੀ ਨਹੀਂ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਟੋਇਲਟ ਨੌਰਥਨ ਦਿਸ਼ਾ ਵਿੱਚ ਹੈ, ਉੱਤਰ ਦਿਸ਼ਾ ਵਿੱਚ ਹੈ, ਉਹ ਨੀਲੇ ਰੰਗ ਦਾ ਟੇਪ ਲੈ ਕੇ ਪੂਰਾ ਕੀ ਕਰਨਗੇ, ਆਪਣੀ ਟੋਇਲਟ ਸੀਟ ਦੇ ਪੂਰੇ ਚਾਰੋ ਸਕੇਅਰ ਕਰਕੇ ਦਿਸ਼ਾ ਦੇ ਵਿੱਚ ਲਗਾ ਦੇਣਗੇ। ਠੀਕ ਹੈ, ਔਰ ਜਿਨ੍ਹਾਂ ਦਾ ਉੱਤਰ ਪੂਰਬ ਵਿੱਚ ਜੇ ਟੋਇਲਟ ਬਣਿਆ ਹੋਇਆ ਹੈ ਉਹਨਾਂ ਨੇ ਹਰੇ ਰੰਗ ਦੀ, ਠੀਕ ਹੈ, ਹਰੇ ਰੰਗ ਦਾ ਟੇਪ ਲਗਾ ਦੇਣਾ ਹੈ। ਜਿਨ੍ਹਾਂ ਦਾ ਦੱਖਣ ਪੂਰਬ ਵਿੱਚ ਬਣਿਆ ਹੋਇਆ ਹੈ, ਸਾਊਥ ਈਸਟ ਵਿੱਚ ਬਣਿਆ ਹੈ, ਉਹਨਾਂ ਨੇ ਲਾਲ ਰੰਗ ਦੀ ਟੇਪ ਲਗਾ ਦਿਓ, ਔਰ ਜਿਨ੍ਹਾਂ ਦਾ ਸਾਊਥ ਵਿੱਚ ਬਣਿਆ ਹੋਇਆ ਹੈ ਉਹਨਾਂ ਨੇ ਵੀ ਲਾਲ ਰੰਗ ਦਾ ਲਗਾਉਣਾ ਹੈ, ਪਲੱਸ ਜਿਨ੍ਹਾਂ ਦਾ ਵੈਸਟ ਵਿੱਚ ਹੈ ਯਾਨੀ ਕਿ ਪੱਛਮ ਦਿਸ਼ਾ ਵਿੱਚ ਟੋਇਲਟ ਹੈ ਉਹ ਚਿੱਟੇ ਰੰਗ ਦਾ ਟੇਪ ਲਗਾ ਦੇ। ਬਸ ਤੁਹਾਡਾ ਜਿਹੜਾ ਟੋਇਲਟ ਦਾ ਦੋਸ਼ ਹੈ, ਵਾਸਤੂ ਦੋਸ਼ ਹੈ ਤੁਹਾਡੇ ਘਰ ਦਾ, ਉਹ ਬਿਲਕੁਲ ਖਤਮ ਹੋ ਜਾਏਗਾ। ਹੁਣ ਆ ਜਾਂਦੇ ਹਾਂ ਆਪਾਂ ਕਿਚਨ ਦੇ ਉੱਤੇ। ਰਸੋਈ ਦਾ ਵੀ ਬਹੁਤ ਹੱਥ ਰਹਿੰਦਾ ਹੈ, ਜੇ ਸਾਡਾ ਦੇਖੋ ਰਸੋਈ ਦੇ ਵਿੱਚ ਸਾਡਾ ਚੂਲਾ ਕਿਹੜੀ ਜਗ੍ਹਾ ਤੇ ਜਲ ਰਿਹਾ ਹੈ, ਕਿਹੜੀ ਦਿਸ਼ਾ ਵਿੱਚ ਅਸੀਂ ਰੱਖਿਆ ਹੋਇਆ ਹੈ, ਤੇ ਕਿਚਨ ਕਿਹੜੀ ਦਿਸ਼ਾ ਵਿੱਚ ਹੈ, ਇਸਦਾ ਬੜਾ ਵੱਡਾ ਰੋਲ ਹੁੰਦਾ ਹੈ ਸਾਡੇ ਘਰ ਦੀਆਂ ਪਰੇਸ਼ਾਨੀਆਂ ਵਿੱਚ। ਸਭ ਤੋਂ ਪਹਿਲੇ ਕੀ ਹੈ, ਕਿਚਨ ਕਿਹੜੀ ਜਗ੍ਹਾ ਤੇ ਅੱਛੀ ਹੁੰਦੀ ਹੈ, ਪਹਿਲੇ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ। ਸਾਊਥ ਈਸਟ, ਠੀਕ ਹੈ, ਯਾਨੀ ਕਿ ਦੱਖਣ ਪੂਰਬ, ਠੀਕ ਹੈ, ਦੱਖਣ ਪੂਰਬ ਜਾਂ ਪੱਛਮ ਦਿਸ਼ਾ ਵਿੱਚ, ਵੈਸਟ ਵਿੱਚ ਹੈ ਤਾਂ ਕਿਚਨ ਤੁਹਾਡੀ ਅੱਛੀ ਹੈ, ਬਾਕੀ ਕਿਸੇ ਵੀ ਜਗ੍ਹਾ ਤੇ ਹੈ ਤਾਂ ਬੁਰੀ ਹੈ। ਠੀਕ ਹੈ, ਇਸ ਤੋਂ ਇਲਾਵਾ ਨੌਰਥ ਈਸਟ ਵਿੱਚ ਵੀ ਬਹੁਤ ਬੁਰੀ ਹੈ, ਪਰ ਨੌਰਥ ਈਸਟ ਦਾ ਮੈਂ ਨਾਮ ਇਸ ਕਰਕੇ ਨਹੀਂ ਲਿੱਤਾ ਕਿਉਂਕਿ ਇਸ ਦਾ ਐਸਟ੍ਰੋਲੋਜੀ ਵਿੱਚ ਕੋਈ ਉਪਾਅ ਨਹੀਂ ਹੈ, ਇਲਾਜ ਨਹੀਂ ਹੈ, ਇੱਥੋਂ ਫਿਰ ਸਾਨੂੰ ਕੀ ਹੁੰਦਾ ਹੈ, ਕਿਚਨ ਹਟਾਉਣੀ ਹੀ ਪੈਂਦੀ ਹੈ। ਨੌਰਥ ਈਸਟ ਮਤਲਬ ਉੱਤਰ ਪੂਰਬੀ ਦਿਸ਼ਾ, ਠੀਕ ਹੈ। ਹੁਣ ਇਸ ਦਾ ਇਲਾਜ ਕੀ ਹੈ, ਜੇਕਰ ਤੁਹਾਡੀ ਕਿਚਨ ਹੁਣ ਗਲਤ ਦਿਸ਼ਾ ਤੇ ਆ ਗਈ ਹੈ, ਅੱਛੀ ਦਿਸ਼ਾ ਤੇ ਮੈਂ ਤੁਹਾਨੂੰ ਦੱਸਦੀ, ਜੇ ਗਲਤ ਦਿਸ਼ਾ ਵਿੱਚ ਤੁਹਾਡੀ ਬਣੀ ਹੈ, ਤਾਂ ਤੁਸੀਂ ਕੀ ਕਰਨਾ ਹੈ, ਆਪਣੇ ਜਿਹੜਾ ਸਲੈਬ ਰਹਿੰਦਾ ਹੈ ਨਾ, ਜਿੱਥੇ ਆਪਾਂ ਰੋਟੀ ਪਕਾਉਂਦੇ ਹਾਂ, ਜਿਹਦੇ ਉੱਤੇ ਆਪਾਂ ਗੈਸ ਚੁੱਲ੍ਹਾ ਰੱਖਿਆ ਹੋਇਆ ਹੈ, ਉਹ ਵਾਲੇ ਪੱਥਰ ਦਾ ਕਲਰ ਤੁਸੀਂ ਜਾਂ ਤਾਂ ਯੈਲੋ ਕਰਾ ਦਿਓ, ਪੀਲਾ ਕਰਾ ਦਿਓ, ਜਾਂ ਫਿਰ ਹਰੇ ਰੰਗ ਦਾ ਕਰਵਾ ਦਿਓ। ਇਸ ਦੇ ਨਾਲ ਵੀ ਤੁਹਾਡਾ ਕਿਚਨ ਦਾ ਜਿਹੜਾ ਵਾਸਤੂ ਦੋਸ਼ ਹੈ ਉਹ ਬਿਲਕੁਲ ਟੋਟਲੀ ਪੂਰੀ ਤਰ੍ਹਾਂ ਤੋਂ ਖਤਮ ਹੋ ਜਾਏਗਾ। ਠੀਕ ਹੈ, ਇਹ ਬਿਲਕੁਲ ਨੋਟ ਕਰਕੇ ਰੱਖ ਲਓ, ਅੱਜ ਹੀ ਜੇਕਰ ਤੁਹਾਡੀ ਗਲਤ ਦਿਸ਼ਾ ਵਿੱਚ ਰਸੋਈ ਬਣੀ ਹੋਈ ਹੈ ਤੇ ਆਪਣਾ ਜਿਹੜਾ ਪੱਥਰ ਹੈ, ਜਿਹੜਾ ਸਲੈਬ, ਉਹ ਤਾਂ ਆਪਾਂ ਇੰਨਾ ਤਾਂ ਕਰਵਾ ਹੀ ਸਕਦੇ ਹਾਂ, ਥੋੜਾ ਬਹੁਤਾ ਖਰਚਾ, ਜੋ ਆਪਣੇ ਘਰ ਦੀਆਂ ਖੁਸ਼ੀਆਂ ਦੀ ਗੱਲ ਹੋਵੇ ਤਾਂ ਪੀਲਾ ਜਾਂ ਹਰੇ ਰੰਗ ਦਾ ਪੱਥਰ ਲਗਵਾ ਦਿਓ। ਠੀਕ ਹੈ ਜੀ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਗੈਸ ਚੁੱਲ੍ਹੇ ਦੀ, ਉਹ ਵੀ ਬੜਾ ਹੀ ਵੱਡਾ ਰੋਲ ਨਿਭਾਉਂਦਾ ਹੈ ਸਾਡੇ ਵਾਸਤੂ ਦੋਸ਼ ਵਿੱਚ, ਜੇ ਗੈਸ ਚੁੱਲ੍ਹਾ ਆਪਾਂ ਗਲਤ ਦਿਸ਼ਾ ਵਿੱਚ ਰੱਖਿਆ ਹੋਵੇ। ਦੇਖੋ ਗੈਸ ਚੁੱਲ੍ਹਾ ਜਿਨ੍ਹਾਂ ਦੇ, ਜੋ ਮੈਂ ਤੁਹਾਨੂੰ ਦਿਸ਼ਾ ਦੱਸਣ ਜਾ ਰਹੀ ਹਾਂ ਨਾ, ਜੇ ਉਹ ਗੈਸ ਚੁੱਲ੍ਹਾ ਜਿਨ੍ਹਾਂ ਦੇ ਘਰ ਵਿੱਚ ਇਸ ਦਿਸ਼ਾ ਵਿੱਚ ਜਲ ਰਿਹਾ ਹੈ, ਤਾਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਸ ਘਰ ਦੀਆਂ ਲੇਡੀਜ਼ ਹਮੇਸ਼ਾ ਬਿਮਾਰ ਰਹਿੰਦੀਆਂ ਹਨ। ਬੁਰੀ ਤਰ੍ਹਾਂ ਦਾ ਉਹਨਾਂ ਨੂੰ ਬੈਕ ਪੇਨ, ਘੁਟਨਿਆਂ ਦਾ ਦਰਦ, ਠੀਕ ਹੈ, ਤੇ ਕਮਰ ਦਾ ਦਰਦ ਇੰਨਾ ਰਹਿੰਦਾ ਹੈ ਕਿ ਜ਼ਿਆਦਾਤਰ ਤੁਹਾਡੇ ਘਰ ਦਾ ਜੋ ਪੈਸਾ ਹੈ ਨਾ, ਉਹਨਾਂ ਦੇ ਇਲਾਜ ਦੇ ਉੱਤੇ ਹੀ ਜਾਂਦਾ ਹੈ, ਕਿਉਂਕਿ
ਆਪਾਂ ਗੈਸ ਚੁੱਲ੍ਹਾ ਗਲਤ ਦਿਸ਼ਾ ਵਿੱਚ ਰੱਖਿਆ ਹੋਇਆ ਹੈ। ਜਿਨ੍ਹਾਂ ਦਾ ਗੈਸ ਚੁੱਲ੍ਹਾ ਦੱਖਣ ਪੱਛਮ ਯਾਨੀ ਕਿ ਸਾਊਥ ਵੈਸਟ ਵਿੱਚ ਰੱਖਿਆ ਹੋਇਆ ਹੈ, ਸਾਊਥ ਵੈਸਟ ਵਿੱਚ ਜਲਦਾ ਹੈ, ਤਾਂ ਇਹ ਲੇਡੀਜ਼ ਨੂੰ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ ਹਨ। ਇੰਨਾ ਹੀ ਨਹੀਂ, ਇਸ ਦੇ ਨਾਲ ਨਾਲ ਜੇਕਰ ਕੋਈ ਪ੍ਰੋਪਰ ਇੰਨਾ ਇੱਥੇ ਵੱਧ ਜਾਂਦਾ ਹੈ ਇਸਦਾ ਵਾਸਤੂ ਦੋਸ਼ ਕਿ ਘਰ ਵਿੱਚ ਕੋਈ ਨਾ ਕੋਈ ਬੰਦਾ ਕਰੈਕਟਰ ਵੀ ਉਸਦਾ ਖਰਾਬ ਹੋ ਜਾਂਦਾ ਹੈ, ਪ੍ਰੋਪਰਟੀ ਦਾ ਬਹੁਤ ਵੱਡਾ ਵਾਦ ਵਿਵਾਦ ਹੋ ਜਾਂਦਾ ਹੈ। ਇਸ ਦਾ ਦੇਖੋ ਸਹੀ ਦਿਸ਼ਾ ਕਿਹੜੀ ਹੈ, ਸਭ ਤੋਂ ਪਹਿਲੇ ਤਾਂ ਇਹ ਪਤਾ ਕਰੋ ਸਹੀ ਦਿਸ਼ਾ ਹੈ, ਕਿਉਂਕਿ ਇਹਦਾ ਅਗਨੀ ਕੋਣ ਹੈ, ਠੀਕ ਹੈ, ਤੇ ਗੈਸ ਚੁੱਲ੍ਹਾ ਸਹੀ ਦਿਸ਼ਾ ਹੈ ਇਹਦੀ ਸਾਊਥ ਈਸਟ ਯਾਨੀ ਕਿ ਦੱਖਣ ਪੂਰਬੀ ਦਿਸ਼ਾ ਸਹੀ ਦਿਸ਼ਾ ਹੈ। ਹੁਣ ਤੁਸੀਂ ਕਹੋਗੇ ਕਿ ਨਹੀਂ, ਹੁਣ ਸਾਡਾ ਤਾਂ ਗੈਸ ਚੁੱਲ੍ਹਾ ਅਸੀਂ ਇੱਧਰ ਰੱਖ ਹੀ ਨਹੀਂ ਸਕਦੇ, ਕਈਆਂ ਦੀ ਕਿਚਨ ਛੋਟੀ ਹੁੰਦੀ ਹੈ ਜਾਂ ਕੋਈ ਆਪਸ਼ਨ ਹੀ ਨਹੀਂ ਹੁੰਦਾ ਹੈ ਕਿ ਅਸੀਂ ਇੱਧਰ ਗੈਸ ਚੁੱਲ੍ਹਾ ਨਹੀਂ ਰੱਖ ਸਕਦੇ, ਇੱਧਰ ਨਹੀਂ ਰੱਖ ਸਕਦੇ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਵਾਸਤੇ ਉਪਾਅ ਵੀ ਲੈ ਕੇ ਆਈ ਹਾਂ। ਉਪਾਅ ਕੀ ਕਰਨਾ ਹੈ, ਤੁਸੀਂ ਕੀ ਕਰਨਾ ਹੈ, ਜੇਕਰ ਤੁਸੀਂ ਕੁਛ ਨਹੀਂ ਇੱਦਾਂ ਕਰ ਸਕਦੇ, ਆਪਣਾ ਚੁੱਲ੍ਹਾ ਚੇਂਜ ਨਹੀਂ ਕਰ ਸਕਦੇ ਉਸ ਦਿਸ਼ਾ ਵੱਲ, ਸਾਊਥ ਈਸਟ ਵਿੱਚ ਨਹੀਂ ਰੱਖ ਸਕਦੇ, ਤਾਂ ਤੁਸੀਂ ਕੀ ਕਰਨਾ ਹੈ, ਗੈਸ ਚੁੱਲ੍ਹੇ ਦੇ ਨੀਚੇ ਪੀਲੇ ਰੰਗ ਦੀ ਟੇਪ ਲਗਾ ਦਿਓ, ਠੀਕ ਹੈ, ਟੇਪ ਹੁੰਦੀ ਹੈ ਨਾ, ਉਹ ਪੀਲੇ ਰੰਗ ਦੀ ਟੇਪ ਲਗਾ ਦਿਓ, ਜਾਂ ਦੋ ਉਪਾਅ ਹਨ, ਜਾਂ ਤਾਂ ਪੀਲੇ ਰੰਗ ਦੀ ਟੇਪ ਲਗਾ ਦਿਓ ਜਾਂ ਉਹਦੇ ਚੁੱਲ੍ਹੇ ਦੇ ਨੀਚੇ ਨਾ ਰੇਨ ਵਾਟਰ ਰੱਖ ਦਿਓ, ਬਾਰਿਸ਼ ਦਾ ਜਿਹੜਾ ਪਾਣੀ ਹੁੰਦਾ ਨਾ, ਮੀਂਹ ਦਾ ਜਿਹੜਾ ਪਾਣੀ ਹੁੰਦਾ ਹੈ, ਉਹ ਪਾਣੀ ਕਿਸੇ ਡੱਬੀ ਵਿੱਚ ਪਾ ਕੇ, ਕਿਸੇ ਬੋਤਲ 'ਚ ਪਾ ਕੇ, ਕਿਸੇ ਤਰ੍ਹਾਂ ਵੀ ਐਡਜਸਟ ਕਰੋ ਆਪਣਾ ਦਿਮਾਗ ਲਗਾ ਕੇ, ਅਤੇ ਉਸਦੇ ਨੀਚੇ ਰੇਨ ਵਾਟਰ ਰੱਖ ਦਿਓ, ਤਾਂ ਵੀ ਤੁਹਾਡਾ ਜਿਹੜਾ ਗੈਸ ਚੁੱਲ੍ਹੇ ਦਾ ਦੋਸ਼ ਜੋ ਤੁਹਾਡੇ ਘਰ ਵਿੱਚ ਆ ਰਿਹਾ ਹੈ, ਲੇਡੀਜ਼ ਬਿਮਾਰ ਹੋ ਰਹੀਆਂ ਹਨ, ਘਰ ਵਿੱਚ ਬੱਚੇ ਵਿਗੜ ਰਹੇ ਹਨ, ਪ੍ਰੋਪਰਟੀ ਦਾ ਵਾਦ ਵਿਵਾਦ ਚਾਲੂ ਹੋ ਗਿਆ, ਤਾਂ ਇਹ ਸਭ ਠੀਕ ਹੋ ਜਾਏਗਾ। ਅੱਛਾ, ਹੁਣ ਇਸ ਦੇ ਨਾਲ ਨਾਲ ਨਾ ਇੱਕ ਸਾਡੇ ਘਰ ਦਾ ਬਹੁਤ ਵੱਡਾ ਵਾਸਤੂ ਦੋਸ਼ ਹੈ, ਬਹੁਤ ਵੱਡਾ ਕਾਰਨ ਹੈ ਜਿਸ ਦੇ ਕਾਰਨ ਸਾਡੇ ਘਰ 'ਚ ਪੈਸਾ ਨਹੀਂ ਕੀ ਆਉਂਦਾ, ਸਾਡੇ ਘਰ ਵਿੱਚ ਬਿਮਾਰੀਆਂ ਆਉਂਦੀਆਂ ਹਨ, ਹੈ ਨਾ, ਅਤੇ ਉਹ ਚੀਜ਼ ਕਿਹੜੀ ਹੈ, ਉਹ ਚੀਜ਼ ਹੈ ਮਿਰਰ, ਸ਼ੀਸ਼ਾ। ਜੇਕਰ ਸ਼ੀਸ਼ਾ ਵੀ ਆਪਣੇ ਘਰ ਵਿੱਚ ਗਲਤ ਦਿਸ਼ਾ ਵਿੱਚ ਲੱਗਿਆ ਹੋਵੇ ਤਾਂ ਵੀ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਹਨ। ਸਾਊਥ ਦੀ ਡਾਇਰੈਕਸ਼ਨ, ਠੀਕ ਹੈ, ਮਤਲਬ ਦੱਖਣ ਦੀ ਦਿਸ਼ਾ ਵਿੱਚ ਗਲਤੀ ਨਾਲ ਵੀ ਸ਼ੀਸ਼ਾ ਨਾ ਲਗਾਉਣਾ, ਠੀਕ ਹੈ। ਨੌਰਥ ਅਤੇ ਈਸਟ, ਇਹ ਡਾਇਰੈਕਸ਼ਨ ਗੁੱਡ ਹੈ, ਯਾਨੀ ਕਿ ਉੱਤਰ ਦਿਸ਼ਾ ਜਾਂ ਈਸਟ ਕਿਹਾ ਹੈ ਮੈਂ, ਪੂਰਬ ਦਿਸ਼ਾ, ਇਹ ਬਹੁਤ ਹੀ ਡਾਇਰੈਕਸ਼ਨ ਅੱਛੀਆਂ ਹਨ, ਇਹਦੇ ਵਿੱਚ ਤੁਸੀਂ ਇੱਥੇ ਤੁਸੀਂ ਲਗਾ ਸਕਦੇ ਹੋ ਸ਼ੀਸ਼ਾ। ਅੱਜ ਕੱਲ੍ਹ ਤਾਂ ਵੈਸੇ ਨਾ ਕੀ ਕਰਦੇ ਹਨ, ਮੈਂ ਜ਼ਿਆਦਾਤਰ ਲੋਕਾਂ ਨੂੰ ਕੀ ਕਹਿੰਦੀ ਹਾਂ ਕਿ ਸ਼ੀਸ਼ੇ ਜਿਹੜੇ ਹਨ ਨਾ ਆਪਣੀ ਅਲਮਾਰੀ ਦੇ ਅੰਦਰ ਹੀ ਲਗਵਾਓ, ਤਿਆਰ ਹੋਣਾ ਹੈ ਅਲਮਾਰੀ ਖੋਲੋ ਅਤੇ ਤਿਆਰ ਹੋ ਜਾਓ, ਹੈ ਨਾ। ਇਸ ਦੇ ਨਾਲ ਕੀ ਹੁੰਦਾ ਹੈ, ਜਿਹੜਾ ਵੀ ਥੋੜ੍ਹਾ ਬਹੁਤ ਵਾਸਤੂ ਦੋਸ਼ ਹੋਏਗਾ ਉਹ ਖਤਮ ਹੋ ਜਾਂਦਾ ਹੈ, ਮਤਲਬ ਡਰ ਹੀ ਨਹੀਂ ਰਹਿੰਦਾ, ਹੈ ਨਾ, ਸ਼ੀਸ਼ੇ ਦੇ ਕਾਰਨ ਜਿਹੜੀਆਂ ਪ੍ਰੋਬਲਮ ਆਉਣਗੀਆਂ। ਹਾਂ, ਇਸ ਤੋਂ ਇਲਾਵਾ ਕੀ ਕਰ ਸਕਦੇ ਹੋ, ਜਿੱਥੇ ਡਾਇਨਿੰਗ ਟੇਬਲ ਹੈ ਤੁਸੀਂ ਰੋਟੀ ਖਾਂਦੇ ਹੋ, ਉਸ ਦੇ ਸਾਹਮਣੇ ਵਾਲੀ ਦੀਵਾਰ 'ਤੇ ਤੁਸੀਂ ਸ਼ੀਸ਼ਾ ਲਗਾ ਦਿਓ, ਦੇਖੋ ਤੁਹਾਡੀ ਪ੍ਰੋਸਪੈਰਿਟੀ ਕਿਵੇਂ ਵੱਧਦੀ ਹੈ, ਅੰਨ ਧਨ ਦੀ ਕਦੀ ਤੁਹਾਡੇ ਘਰ 'ਚ ਕਮੀ ਨਹੀਂ ਆਏਗੀ। ਕੀ ਲੌਜਿਕ ਹੈ, ਕਿਉਂਕਿ ਰੋਟੀ ਖਾ ਰਹੇ ਹੋ ਤੁਸੀਂ, ਠੀਕ ਹੈ, ਘਰ ਵਿੱਚ ਬਰਕਤ ਆਏਗੀ, ਸਾਹਮਣੇ ਸ਼ੀਸ਼ਾ, ਤੁਹਾਡੀ ਹਰ ਚੀਜ਼ ਡਬਲ ਹੁੰਦੀ ਹੈ, ਸ਼ੀਸ਼ੇ ਦੇ ਵਿੱਚ ਡਬਲ ਹੋ ਜਾਂਦੀ ਜਿਹੜੀ ਚੀਜ਼, ਅਤੇ ਉਸਦਾ ਸਾਨੂੰ ਫਾਇਦਾ ਹੀ ਹੁੰਦਾ ਹੈ। ਕਈ ਲੋਕ ਤਾਂ ਜਿਵੇਂ ਕਿ ਮੈਂ ਵੀ ਤੁਹਾਨੂੰ ਦੱਸਿਆ ਹੋਇਆ, ਆਪਣੇ ਘਰ ਦੀ ਤਿਜੋਰੀ ਵਿੱਚ ਸ਼ੀਸ਼ਾ ਲਗਾ ਕੇ ਰੱਖਦੇ ਹਨ, ਜਿਸ ਤਰ੍ਹਾਂ ਹੀ ਤਿਜੋਰੀ ਖੋਲਦੇ ਹਨ ਤਾਂ ਸ਼ੀਸ਼ਿਆਂ ਦਾ ਰਿਫਲੈਕਸ਼ਨ, ਜਿਹੜਾ ਸ਼ੀਸ਼ਿਆਂ ਦੀ ਪਰਛਾਈ ਹੈ, ਸੋਰੀ, ਪੈਸਿਆਂ ਦਾ ਜਿਹੜੀ ਦਾ ਰਿਫਲੈਕਸ਼ਨ, ਪੈਸਿਆਂ ਦੀ ਪਰਛਾਈ ਉਹ ਸ਼ੀਸ਼ੇ ਵਿੱਚ ਪੈਂਦੀ ਹੈ, ਤਾਂ ਉਹਦੇ ਵਿੱਚ ਡਬਲ ਪੈਸੇ ਨਜ਼ਰ ਆਉਂਦੇ ਹਨ, ਤਾਂ ਉਹ ਵੀ ਬੜੀ ਸ਼ੁਭ ਹੁੰਦਾ ਹੈ, ਅਤੇ ਸਾਡੇ ਘਰ ਵਿੱਚ ਪੈਸਾ ਡਬਲ ਹੁੰਦਾ ਹੈ, ਹੈ ਨਾ। ਇਸ ਤੋਂ ਇਲਾਵਾ ਮੈਂ ਦੱਸਿਆ ਹੈ ਕਿ ਬੈੱਡ ਦੇ ਸਾਹਮਣੇ ਤਾਂ ਕਦੀ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ, ਸਭ ਤੋਂ ਪਹਿਲੇ ਤਾਂ ਲੜਾਈ ਝਗੜੇ ਹੁੰਦੇ ਹਨ, ਠੀਕ ਹੈ, ਜੇਕਰ ਬੈੱਡ ਦੇ ਸਾਹਮਣੇ ਸ਼ੀਸ਼ਾ ਹੋਵੇ। ਦੂਜਾ, ਅਸੀਂ ਕੀ ਕਰਦੇ ਹਾਂ, ਬੈੱਡ ਦੇ ਉੱਤੇ ਸੁਣਦੇ ਹਾਂ, ਇਹ ਵੀ ਲੌਜਿਕ ਹੈ, ਜਦੋਂ ਸੁਣਦੇ ਹਾਂ ਤਾਂ ਉਹ ਵੀ ਸ਼ੀਸ਼ੇ ਦੇ ਸਾਹਮਣੇ ਅਸੀਂ ਸੁੱਤੇ ਨਜ਼ਰ ਆਉਂਦੇ ਹਾਂ, ਸਾਡੇ ਅੰਦਰ ਹੋਰ ਆਲਸ ਭਰ ਜਾਂਦਾ ਹੈ, ਕਿਸੇ ਕੰਮ ਨੂੰ ਕਰਨ 'ਤੇ ਮਨ ਨਹੀਂ ਲੱਗਦਾ ਹੈ,
ਤਾਂ ਇਹ ਵੀ ਇੱਕ ਲੌਜਿਕ ਕਿਹਾ ਜਾਂਦਾ ਹੈ। ਇਸ ਕਰਕੇ ਤੁਸੀਂ ਆਪਣੇ ਜੋ ਮੈਂ ਡਾਇਰੈਕਸ਼ਨ ਦੱਸੀ ਹੈ ਨੌਰਥ ਜਾਂ ਈਸਟ ਵਿੱਚ ਡਾਇਰੈਕਸ਼ਨ ਗੁੱਡ ਹੈ, ਯਾਨੀ ਕਿ ਉੱਤਰ ਅਤੇ ਪੂਰਬ ਵਿੱਚ ਡਾਇਰੈਕਸ਼ਨ ਗੁੱਡ ਹੈ, ਉੱਤੇ ਹੀ ਆਪਣੇ ਘਰ ਦੇ ਸ਼ੀਸ਼ੇ ਲਗਾਓ। ਇਹ ਅੱਜ ਪੂਰਾ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਹਨ ਜੋ ਤੁਸੀਂ ਆਪਣੇ ਘਰ ਦੀਆਂ ਠੀਕ ਕਰਨੀਆਂ ਹਨ, ਪਰ ਮੈਂ ਉਹ ਅੱਜ ਦੱਸਾਂਗੀ ਤਾਂ ਪੂਰਾ ਮਤਲਬ ਜੋ ਤੁਹਾਨੂੰ ਦੱਸਿਆ ਹੈ ਪੂਰੀ। ਮੇਰੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਤਾਂ ਤੁਸੀਂ ਇੰਨੀ ਲੰਬੀ ਵੀਡੀਓ ਦੇਖਣਾ ਮੇਰੇ ਖਿਆਲ 'ਚ ਪਸੰਦ ਨਹੀਂ ਕਰਦੇ ਹੋ। ਅਤੇ ਚਲੋ ਜੀ, ਅੱਜ ਦਾ ਮੈਂ ਜੋ ਮੈਂ ਦੱਸਿਆ ਹੈ ਉਹ ਪਹਿਲੇ ਉਸਨੂੰ ਠੀਕ ਕਰ ਲਓ, ਫਿਰ ਹੋਰ ਇੱਕ ਅਗਲੀ ਵੀਡੀਓ ਬਣਾਵਾਂਗੇ। ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।